ਫਤਿਹਗੜ੍ਹ ਸਾਹਿਬ ਦੀ ਨਬੀਪੁਰ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਗੱਡੀ ਵਿੱਚੋਂ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ SHO ਪ੍ਰਦੀਪ ਸਿੰਘ ਬਾਜਵਾ ਨੇ ਆਖਿਆ ਕਿ GT ਰੋਡ ਉੱਤੇ ਸਪੈਸ਼ਲ ਨਾਕਾਬੰਦੀ ਦੌਰਾਨ ਪੁਲਿਸ ਟੀਮ ਨੇ ਸਾਂਝੀ ਮੁਹਿੰਮ ਤਹਿਤ 183 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ, ਜਿਨ੍ਹਾਂ ਵਿੱਚ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਨੇ, ਜਿਸ ਨੂੰ ਕਬਜ਼ੇ ਵਿੱਚ ਲੈ ਕੇ ਕਥਿਤ ਦੋਸ਼ੀਆਂ ਖਿਲਾਫ਼ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਅਸੀਂ ਮੈਡਮ ਅਲਕਾ ਮੀਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਸ਼ਰਾਬ ਦੀ ਹੈਵੀ ਰਿਕਵਰੀ ਕੀਤੀ ਹੈ। 160 ਪੇਟੀਆਂ ਟੋਟਲ ਅਸੀਂ ਸ਼ਰਾਬ ਜਿਹੜੀ ਆ ਉਹ ਮੁਖਬਰ ਖਾਸ ਦੀ ਇਤਲਾਹ 'ਤੇ ਬਰਾਮਦ ਕੀਤੀ ਹੈ ਅਤੇ ਉਹਦੇ ਬਿਹਾਫ 'ਤੇ ਸਾਡੇ 150/17 ਅੰਡਰ ਸੈਕਸ਼ਨ 61 ਐਕਸਾਈਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਟੋਟਲ 160 ਪੇਟੀਆਂ ਸ਼ਰਾਬ ਹੋ ਗਈ। ਬੰਦੇ ਜਿਹੜੇ ਆ ਜੀ ਉਹ ਦੋਨੇ ਉਹਨਾਂ ਦਾ ਗੱਡੀ ਦਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਮਗਰ ਸੀਗੇ ਚੇਜ਼ ਕਰ ਰਹੇ ਸੀ ਉਹਨਾਂ ਨੂੰ ਅਤੇ ਉਹ ਮੌਕੇ 'ਤੇ ਉਹ ਖਿਸ ਕੇ ਗੱਡੀ ਰਿਕਵਰ ਕਰ ਲਈ। ਬੰਦੇ ਵੈਸੇ ਬਾਏ ਨੇਮ ਸਾਨੂੰ ਪਤਾ, ਸੰਜੇ ਕੁਮਾਰ ਸ਼ਰਮਾ ਅਤੇ ਇਹ ਲੁਧਿਆਣੇ ਤੋਂ ਹੈ ਅਤੇ ਦੂਜਾ ਗਗਨਦੀਪ ਸ਼ਰਮਾ ਜਿਹੜਾ ਉਹ ਵੀ ਲੁਧਿਆਣੇ ਤੋਂ ਹੈ। ਇਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।